ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ, ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਣੇ ਆ। ਦੋਸਤੋ, ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸਾਈਪ੍ਰਸ ਤੋਂ ਜਿਨ੍ਹਾਂ ਨੇ ਸਰਬੀਆ ਜਾਣਾ ਵਾ, ਕਿਉਂਕਿ ਬਹੁਤ ਸਾਰੇ ਮੈਸੇਜ ਆਏ ਹੋਏ ਸੀਗੇ। ਆਪਾਂ ਪਹਿਲਾਂ ਸਰਬੀਆ ਦੇ ਬਾਰੇ ਵੀਡੀਓ ਪਾਈ ਸੀਗੀ ਕਿ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਅਤੇ ਹੁਣ ਦੀ ਜਿਹੜੀ ਨਵੀਂ ਅਪਡੇਟ ਕੀ ਆ, ਜਿਹੜੀ ਕਿ ਆਪਾਂ ਤੁਹਾਡੇ ਨਾਲ ਵੀਡੀਓ ਵਿੱਚ ਜੋ ਵੀ ਜਾਣਕਾਰੀ ਹੁੰਦੀ ਆਪਾਂ ਨੂੰ ਮਿਲਦੀ ਹੈ, ਸਹੀ ਜਾਣਕਾਰੀ ਮਿਲਦੀ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤਾਂ ਜੋ ਜਿਹੜੇ ਦੋਸਤ ਜਾਣਾ ਚਾਹੁੰਦੇ ਆ, ਹੋਰ ਕੰਟਰੀ ਮੂਵ ਹੋਣਾ ਚਾਹੁੰਦੇ ਆ, ਸਾਈਪ੍ਰਸ ਤੋਂ ਅੱਗੇ ਮੂਵ ਹੋਣਾ ਚਾਹੁੰਦੇ ਆ ਕਿਸੇ ਤਰੀਕੇ ਨਾਲ ਵੀ, ਅਤੇ ਉਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਆ ਵੀ ਕੀ ਇਸ ਟਾਈਮ ਜਿਹੜੀ ਕਿ ਹੈਗੀ ਆ ਸਿਚੁਏਸ਼ਨ ਕੀ ਆ, ਵੀ ਕੀ ਐਂਟਰੀ ਮਿਲਦੀ ਆ ਜਾਂ ਨਹੀਂ ਮਿਲਦੀ, ਉਸ ਬਾਰੇ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ, ਅਤੇ ਬਾਕੀ ਜਿਹੜੀ ਸਾਈਪ੍ਰਸ ਦੀ ਜਿਹੜੀ ਨਵੀਂ ਅਪਡੇਟ ਹੋਊਗੀ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਦੋਸਤੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਨਾਲੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ, ਕਿਉਂਕਿ ਇਸ ਚੈਨਲ ਦੇ ਵਿੱਚ ਆਪਾਂ ਹਮੇਸ਼ਾ ਹੀ ਸਾਈਪ੍ਰਸ ਬਾਰੇ ਜਾਂ ਹੋਰ ਜਿਹੜੀ ਵੀ ਨਵੀਂ ਜਿਹੜੀ ਅਪਡੇਟ ਹੁੰਦੀ ਆ, ਕੋਈ ਵੀ ਅੱਗੇ ਕੰਟਰੀ ਦੇ ਵਿੱਚ ਮੂਵ ਹੋਣਾ ਆ, ਸਾਈਪ੍ਰਸ ਤੋਂ ਮੂਵ ਹੋਣਾ ਜਾਂ ਹੋਰ ਕਿਸੇ ਕੰਟਰੀ ਤੋਂ ਵੀਜ਼ਾ ਵਗੈਰਾ ਲੈਣਾ ਵਾ, ਉਸ ਬਾਰੇ ਜਿਹੜੀ ਵੀ ਸਹੀ ਜਾਣਕਾਰੀ ਹੁੰਦੀ ਆ, ਅਤੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ, ਅਤੇ ਆਪਣੇ ਇਸ ਚੈਨਲ ਦੇ ਵਿੱਚ ਅਪਲੋਡ ਕਰਦੇ ਰਹੇ ਨੇ, ਤਾਂ ਜੋ ਤੁਹਾਡੇ ਤੱਕ ਜਿਹੜੀ ਜਾਣਕਾਰੀ ਸਹੀ ਜਾਣਕਾਰੀ ਪਹੁੰਚਦੀ ਰਹੇ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਗੱਲ ਸਟਾਰਟ ਕਰਦੇ ਹਾਂ ਦੋਸਤੋ, ਆਪਾਂ ਸਾਈਪ੍ਰਸ ਤੋਂ ਜਿੱਦਾਂ ਸਰਬੀਆ ਦੇ ਵਿੱਚ ਜਿਹੜੇ ਕਿ ਹੁਣ ਜਾਂਦੇ ਆ ਉਹਨਾਂ ਨੂੰ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਕੀ ਰਿਫਿਊਜੀ ਵਾਲਿਆਂ ਨੂੰ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਇਸ ਬਾਰੇ ਆਪਾਂ ਗੱਲ ਕਰਾਂਗੇ। ਕੀ ਇੰਡੀਆ ਤੋਂ ਵੀ ਜਿਹੜੇ ਦੋਸਤ ਆ ਰਹੇ ਆ ਉਹਨਾਂ ਨੂੰ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਇਸ ਬਾਰੇ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਸੋ ਸਟਾਰਟ ਕਰਦੇ ਹਾਂ ਮੈਂ ਪਹਿਲਾਂ, ਸਭ ਤੋਂ ਜਿਹੜੀ ਵੀ ਆਪਾਂ ਇੰਡੀਆ ਤੋਂ ਜਿਹੜੇ ਦੋਸਤਾਂ ਨੇ ਸਰਬੀਆ ਆਉਣਾ ਆ ਉਹਨਾਂ ਵਾਸਤੇ ਜਿਹੜੀ ਕੀ ਅਪਡੇਟ ਹੈਗੀ ਆ ਇਸ ਟਾਈਮ ਜਿਹੜੀ ਆ, ਵੀ ਕੀ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ। ਸੋ ਦੋਸਤੋ, ਇਸ ਟਾਈਮ ਜਿਹੜਾ ਕਿ ਸਰਬੀਆ ਦੇ ਵਿੱਚ ਕਾਫੀ ਜ਼ਿਆਦਾ ਠੰਡ ਵੱਧ ਚੁੱਕੀ ਆ, ਕਿਉਂਕਿ ਖਾਸ ਕਾਰਨ ਵਿੱਚ ਇਹੀ ਆ ਮੇਨ, ਜਿਹੜੇ ਵੀ ਮੇਨ ਮੁੱਦਾ ਜਿਹੜਾ ਹੁੰਦਾ ਵਾ, ਕਈ ਵਾਰੀ ਆਪਾਂ ਨੂੰ ਕਾਰਨ ਨਹੀਂ ਦੱਸਿਆ ਜਾਂਦਾ ਵੀ ਤੁਹਾਨੂੰ ਐਂਟਰੀ ਕਿਉਂ ਨਹੀਂ ਮਿਲ ਰਹੀ, ਕਿਉਂਕਿ ਇਹਦੇ ਵਿੱਚ ਇਹ ਹੁੰਦਾ ਵਾ ਆਪਾਂ ਜਿਹੜਾ ਵੀ ਸਰਬੀਆ ਜਾਣਾ ਵਾ ਆਪਾਂ ਟੂਰਿਸਟ ਦੇ ਪਰਪਜ਼ ਨਾਲ ਜਾਣਾ ਹੁੰਦਾ ਆ, ਕਿਉਂਕਿ ਇਸ ਟਾਈਮ ਜਿਹੜਾ ਟੂਰਿਸਟ ਕੋਈ ਵੀ ਜਾ ਨਹੀਂ ਰਿਹਾ, ਜ਼ਿਆਦਾ ਨਹੀਂ ਜਾ ਰਿਹਾ, ਅਤੇ ਇਸ ਕਰਕੇ ਜਿਹੜੀ ਕਿ ਐਂਟਰੀ ਨਹੀਂ ਮਿਲਣੀ, ਕਿਉਂਕਿ ਉਹਨਾਂ ਨੂੰ ਇਮੀਗ੍ਰੇਸ਼ਨ ਵੀ ਇਹ ਚੀਜ਼ਾਂ ਦਾ ਪਤਾ ਹੁੰਦਾ ਹੈ ਕਿ ਇਹ ਬੰਦੇ ਇਸ ਟਾਈਮ ਜਿਹੜਾ ਕਿ ਟੂਰਿਸਟ ਨਹੀਂ ਆਏ, ਇਹਨਾਂ ਦੇ ਕੋਈ ਹੋਰ ਮਕਸਦ ਨਾ ਆਏ ਆ, ਕਿਉਂਕਿ ਜਦੋਂ ਇਮੀਗ੍ਰੇਸ਼ਨ ਵੀ ਆਪਾਂ ਕਲੀਅਰ ਕਰਦੇ ਹਾਂ ਕੁਛ ਚੀਜ਼ਾਂ ਦੇ ਬਾਰੇ, ਆਪਾਂ ਜਦੋਂ ਆਪਣੇ ਤੋਂ ਪੁੱਛਿਆ ਜਾਂਦਾ ਵਾ ਤਾਂ ਉਹ ਆਪਣੇ ਕੋਲ ਕਲੀਅਰ ਨਹੀਂ ਹੁੰਦੀਆਂ, ਕਈ ਵਾਰੀ ਆਪਣੀ ਹੋਟਲ ਜਿਹੜੀ ਬੁਕਿੰਗ ਆ ਉਹ ਕਨਫਰਮ ਨਹੀਂ ਹੁੰਦੀ, ਉਹ ਫੋਨ ਕਰਕੇ ਜਿਹੜੇ ਕਿ ਪਤਾ ਕਰ ਲੈਂਦੇ ਆ ਤੁਹਾਡੇ ਕਨਫਰਮ ਹੈਗੇ ਆ ਜਾਂ ਨਹੀਂ, ਇਹਨਾਂ ਵੀ ਕੁਝ ਕਾਰਨ ਹੈਗੇ ਆ ਜਿਹੜੇ ਕਿ ਆਪਾਂ ਨੂੰ ਐਂਟਰੀ ਨਹੀਂ ਮਿਲਦੀ। ਸੋ ਦੋਸਤੋ, ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿੱਦਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਹੋਰ ਕੰਟਰੀ ਦੇ ਵਿੱਚ ਜਾ ਕੇ ਜਿੱਦਾਂ ਦੁਬਈ ਜਾ ਕੇ ਅਜ਼ਰਬਾਈਜ਼ਾਨ ਜਾ ਕੇ ਸਰਬੀਆ ਆਉਂਦੇ ਆ ਤਾਂ ਉਹਨਾਂ ਨੂੰ ਐਂਟਰੀ ਮਿਲਦੀ ਹੈ ਜਾਂ ਨਹੀਂ ਮਿਲਦੀ, ਅਤੇ ਉਹਦੇ ਵਿੱਚ ਵੀ ਜਿਹੜਾ ਕਿ ਹੁਣ ਮੇਨ ਜਿਹੜੀ ਪ੍ਰੋਬਲਮ ਇਹ ਹੋਈ ਆ ਵੀ ਜਿਹੜੀ ਵੀ ਏਅਰਲਾਈਨ ਵਗੈਰਾ ਹੈਗੀਆਂ ਵਾ ਉਹ ਜਿਹੜੇ ਕਿ ਪਤਾ ਨਹੀਂ ਸਰਬੀਆ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਹੋਇਆ ਕਿ ਇੰਡੀਅਨ ਪਾਸਪੋਰਟ ਜਿਹੜਾ ਇੰਡੀਅਨ ਪਾਸਪੋਰਟ ਹੋਲਡਰ ਵਾ ਜਿਹੜਾ ਵੀ ਉਹਨੂੰ ਮਤਲਬ ਕਿ ਨਹੀਂ ਐਂਟਰੀ ਮਿਲਣੀ ਜਾਂ ਉਹਨੂੰ ਤੁਸੀਂ ਨਾ ਚੜ੍ਹਨ ਦਿਓ, ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਸਿਚੁਏਸ਼ਨ ਹੈਗੀਆਂ ਇਸ ਟਾਈਮ ਜਿਹੜੀਆਂ ਵੀ ਜਦੋਂ ਵੀ ਤੁਸੀਂ ਜਾਣਾ ਵਾ ਪਹਿਲਾਂ ਕਨਫਰਮ ਕਰ ਲਓ ਕਿ ਐਂਟਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਅਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿਉਂਕਿ ਜਦੋਂ ਆਪਾਂ ਸਾਰੇ ਜਿਹੜਾ ਕਿ ਖਰਚਾ ਹੋਣ ਤੋਂ ਆਪਣਾ ਜਿਹੜਾ ਕਿ ਬਚ ਸਕੇ, ਅਤੇ ਇਹ ਚੀਜ਼ਾਂ ਜਿਹੜੀਆਂ ਕਨਫਰਮ ਕਰ ਲਿਓ, ਕਿਉਂਕਿ ਹੁਣ ਕੁਝ ਦੋਸਤਾਂ ਨੇ ਜਿਹੜੇ ਕਿ ਸਾਈਪ੍ਰਸ ਤੋਂ ਵੀ ਗਏ ਸੀਗੇ, ਅਤੇ ਹੁਣ ਆਪਾਂ ਉਹਦੇ ਬਾਰੇ ਗੱਲ ਕਰਦੇ ਵੀ ਸਾਈਪ੍ਰਸ ਤੋਂ ਐਂਟਰੀ ਮਿਲਦੀ ਹੈ ਜਾਂ ਨਹੀਂ। ਕੁਝ ਦੋਸਤ ਆਪਣੇ ਜਿਹੜੇ ਗਏ ਸੀਗੇ ਉਹਨਾਂ ਨੇ ਜਾਣਕਾਰੀ ਮੁਤਾਬਕ, ਉਹਨਾਂ ਦੇ ਦੱਸਣ ਦੇ ਮੁਤਾਬਕ ਆਪਾਂ ਤੁਹਾਡੇ ਨਾਲ ਜਿਹੜੀ ਕੀ ਆ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਵੀ ਸਾਈਪ੍ਰਸ ਤੋਂ ਵੀ ਜਿਹਨਾਂ ਕੋਲ ਜਿਹੜੀ ਕਿ ਆਈਡੀ ਕਾਰਡ ਹੈਗਾ ਵਾ, ਵੀਜ਼ਾ ਹੈਗਾ ਵਾ, ਉਹਨਾਂ ਨੂੰ ਵੀ ਐਂਟਰੀ ਨਹੀਂ ਮਿਲੇਗੀ, ਵੀ ਉਹਨਾਂ ਨੂੰ ਵੀ ਮਤਲਬ ਇੱਥੋਂ ਸਾਈਪ੍ਰਸ ਤੋਂ ਹੀ ਨਹੀਂ ਚੜ੍ਹਨ ਦਿੱਤਾ। ਇਹ ਵੀ ਇਹ ਜਿਹੜੀ ਕਿ ਜਿਹੜੀ ਨਵੀਂ ਅਪਡੇਟ ਇਹ ਹੈਗੀ ਆ ਵੀ ਥੋੜ੍ਹਾ ਜਦੋਂ ਵੀ ਤੁਸੀਂ ਹੁਣ ਜੇ ਸਰਬੀਆ ਜਾਣਾ ਚਾਹੁੰਦੇ ਆ ਤਾਂ ਸੋਚ ਕੇ ਜਾਇਓ, ਕਿਉਂਕਿ ਜਿਹੜੀ ਨਿਊਜ਼ ਦੇ ਮੁਤਾਬਕ ਕੁਝ ਜਾਣਕਾਰੀਆਂ ਦੇ ਮੁਤਾਬਕ ਜਿਹੜੀ ਕਿ ਐਂਟਰੀ ਬਿਲਕੁਲ ਵੀ ਨਹੀਂ ਮਿਲ ਰਹੀ, ਕਿਉਂਕਿ ਸਾਈਪ੍ਰਸ ਤੋਂ ਵੀ ਹੁਣ ਜਿਹੜੇ ਵੀਜ਼ੇ 'ਤੇ ਵੀ ਹੈਗੇ ਆ ਉਹਨਾਂ ਨੂੰ ਵੀ ਐਂਟਰੀ ਨਹੀਂ ਮਿਲ ਰਹੀ। ਪਹਿਲਾਂ ਜਿੱਦਾਂ ਕਿ ਕਹਿਣ ਦੇ ਮੁਤਾਬਕ ਜਿਹੜੇ ਰਿਫਿਊਜੀ ਸੀਗੇ, ਰਿਫਿਊਜੀ ਜਿਹਨਾਂ ਦੀ ਸਾਈਪ੍ਰਸ ਦੇ ਵਿੱਚ ਸੀਗੇ, ਉਹ ਆਪਣਾ ਪਾਸਪੋਰਟ ਵਗੈਰਾ ਕਢਾ ਕੇ ਅਤੇ ਪੱਕੇ ਤੌਰ 'ਤੇ ਜਿੱਦਾਂ ਕਿ ਟਿਕਟ ਕਰਵਾਉਂਦੇ ਸੀਗੇ ਵੀ ਅਸੀਂ ਇੰਡੀਆ ਜਾਣਾ ਆ, ਅਤੇ ਉਹ ਟਿਕਟ ਕਿੱਦਾਂ ਕਰਵਾਉਂਦੇ ਸੀਗੇ ਕਿ ਇੱਥੋਂ ਸਰਬੀਆ ਤੋਂ ਇੰਡੀਆ ਦੀ ਟਿਕਟ ਜਿੱਦਾਂ ਕਰਵਾਉਂਦੇ ਸੀਗੇ, ਇਸ ਤਰੀਕੇ ਨਾਲ ਕਰਵਾਉਂਦੇ ਸੀਗੇ ਜਦੋਂ ਉਹਨਾਂ ਨੂੰ ਐਂਟਰੀ ਮਿਲ ਜਾਂਦੀ ਸੀਗੀ। ਠੀਕ ਹੈ ਜੀ, ਉਹ ਕਾਫੀ ਦੋਸਤ ਜਿਹੜੇ ਆ ਰਿਫਿਊਜੀ ਵਾਲੇ ਵੀ ਉਹ ਵੀ ਗਏ, ਆਪਣੀ ਹੋਟਲ ਬੁਕਿੰਗ ਵਗੈਰਾ ਜਿਹੜੇ ਕਨਫਰਮ ਕਰ ਲੈਂਦੇ ਆ, ਪੂਰੀ ਕਨਫਰਮ ਹੋਣੀ ਚਾਹੀਦੀ ਆ, ਅਤੇ ਟਰੈਵਲ ਇੰਸ਼ੋਰੈਂਸ ਵਗੈਰਾ ਜਿਹੜਾ ਸਾਰਾ ਕੁਝ ਕਰਕੇ ਇਸ ਤਰੀਕੇ ਨਾਲ ਜਾਂਦੇ ਸੀਗੇ ਅਤੇ ਉਹਨਾਂ ਨੂੰ ਐਂਟਰੀ ਮਿਲਦੀ ਸੀ, ਪਰ ਹੁਣ ਜਿਹੜੇ ਇਸ ਟਾਈਮ ਦੇ ਵਿੱਚ ਦੋਸਤਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਕਿ ਐਂਟਰੀ ਨਹੀਂ ਮਿਲ ਰਹੀ। ਸੋ ਜਿਨ੍ਹਾਂ ਦੋਸਤਾਂ ਨੇ ਟਰਾਈ ਕਰਨਾ ਵਾ ਪਹਿਲਾਂ ਪੂਰਾ ਕਨਫਰਮ ਕਰ ਲਓ, ਜਿਹੜੇ ਕਿ ਤੁਹਾਡੇ ਜੇਕਰ ਦੋਸਤ ਵਗੈਰਾ ਸਰਬੀਆ ਦੇ ਵਿੱਚ ਹੈਗੇ ਆ
ਅਤੇ ਉਹ ਦੋਸਤਾਂ ਨੂੰ ਪੁੱਛ ਕੇ ਤੁਸੀਂ ਆਪਣੀ ਜਾਣਕਾਰੀ ਇਕੱਠੀ ਕਰ ਸਕਦੇ ਆ ਵੀ ਕੀ ਹਾਲਾਤ ਆ ਇਸ ਟਾਈਮ, ਕਿੱਦਾਂ ਬਾਰਡਰ ਵਗੈਰਾ 'ਤੇ ਕੀ ਸਖਤਾਈ ਆ, ਕਿਉਂਕਿ ਹੁਣ ਜ਼ਿਆਦਾ ਠੰਡ ਹੋਣ ਦੇ ਕਾਰਨ ਕਾਫੀ ਜ਼ਿਆਦਾ ਸਖਤਾਈ ਹੋ ਚੁੱਕੀ ਆ, ਬਾਰਡਰ ਵਗੈਰਾ ਬੰਦ ਹੋ ਰਿਹਾ। ਸੋ ਇਸ ਕਰਕੇ ਜਿਹੜੇ ਵੀ ਦੋਸਤ ਹੁਣ ਜਾਣਾ ਚਾਹੁੰਦੇ ਆ, ਪਹਿਲਾਂ ਕਨਫਰਮ ਕਰ ਲਓ ਵੀ ਕੀ ਹੁਣ ਐਂਟਰੀ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ, ਇਹ ਸਾਰੀਆਂ ਜਾਣਕਾਰੀ ਪਹਿਲਾਂ ਇਕੱਠੀ ਕਰਕੇ ਹੀ ਜਾਓ, ਕਿਉਂਕਿ ਜਦੋਂ ਆਪਾਂ ਟਿਕਟ ਵਗੈਰਾ ਹੋਟਲ ਬੁਕਿੰਗ ਵਗੈਰਾ ਕਰਾ ਲੈਂਦੇ ਹਾਂ, ਜਦੋਂ ਆਪਾਂ ਜਾਂਦੇ ਹਾਂ ਕਨਫਰਮ ਕਰਾਈ ਹੁੰਦੀ ਆ, ਤਾਂ ਉਸ ਤੋਂ ਬਾਅਦ ਜਿਹੜਾ ਕੀ ਆ ਆਪਣਾ ਖਰਚਾ ਕਾਫੀ ਹੋ ਜਾਂਦਾ। ਸੋ ਆਪਣਾ ਖਰਚਾ ਬਚਾਉਣ ਵਾਸਤੇ ਪਹਿਲਾਂ ਜੇ ਇਹ ਚੀਜ਼ਾਂ ਕਨਫਰਮ ਜ਼ਰੂਰ ਕਰ ਲਿਓ। ਤਾਂ ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਗਾਹ ਨੈਕਸਟ ਟਾਈਮ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਆ, ਐਂਟਰੀ ਮਿਲਦੀ ਆ ਜਾਂ ਨਹੀਂ ਮਿਲਦੀ, ਉਹ ਆਪਾਂ ਇਸ ਚੈਨਲ ਦੇ ਵਿੱਚ ਅਪਲੋਡ ਕਰਦੇ ਰਵਾਂਗੇ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ, ਰੱਬ ਰੱਖਾ।